ਅਗਲੀ ਖਬਰ ਬਠਿੰਡਾ ਤੋਂ ਹੈ ਜਿੱਥੇ ਸਬਜ਼ੀ ਦੀਆਂ ਰੇਹੜੀਆਂ ਅਤੇ ਦੁਕਾਨ ਲਗਾਉਣ ਵਾਲਿਆਂ ਨੇ ਹੜਤਾਲ ਕਰ ਦਿੱਤੀ ਹੈ। ਇਸ ਸੰਕੇਤਕ ਹੜਤਾਲ 2 ਦਿਨ ਲਈ ਕੀਤੀ ਗਈ ਹੈ ਜਿੱਥੇ ਪ੍ਰਧਾਨ ਮੋਹਿੰਦਰ ਪਾਲ ਨੇ ਦੱਸਿਆ ਕਿ ਨਵੇਂ ਠੇਕੇਦਾਰ ਵੱਲੋਂ 50 ਰੁਪਏ ਪ੍ਰਤੀ ਰੇਹੜੀ ਅਤੇ ਦੁਕਾਨ ਗੁੰਡਾ ਪਰਚੀ ਦੇ ਰੂਪ 'ਚ ਵਸੂਲੇ ਜਾਂਦੇ ਨੇ ਜੋ ਕਿ ਸਰਾਸਰ ਗਲਤ ਹੈ। ਉਹਨਾਂ ਆਖਿਆ ਕਿ ਸਬਜ਼ੀ ਵੇਚਣ ਵਾਲੇ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਨੇ ਜਿਨ੍ਹਾਂ ਵੱਲੋਂ ਸੜਕ ਕਿਨਾਰੇ ਰੇਹੜੀ ਲਗਾ ਕੇ ਸਬਜ਼ੀਆਂ ਵੇਚ ਪਰਿਵਾਰ ਦਾ ਖਰਚਾ ਚਲਾਇਆ ਜਾਂਦਾ ਹੈ। ਇਸ ਤਰ੍ਹਾਂ ਉਹਨਾਂ ਦੀ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚਾਹੁੰਦੇ ਹਾਂ ਜੋ ਪੰਜਾਬ ਮੰਡੀ ਬੋਰਡ ਨੇ ਠੇਕਾ ਮਾਰਕੀਟ ਕਮੇਟੀ ਤਰਫੋਂ ਬਠਿੰਡੇ ਦਾ ਪਾਰਕਿੰਗ ਦਾ ਨਾਂ ਸੀ ਪਹਿਲਾਂ ਉਹਨੂੰ ਯੂਜਰ ਚਾਰਜ ਦੇ ਨਾਂ 'ਤੇ, ਜਿੱਥੇ ਰਿਟੇਲ ਮਾਰਕੀਟ ਫੜੀ ਯੂਨੀਅਨ ਨਾਲ ਕੰਮ ਕਰਦੇ ਹਨ, ਉੱਥੇ ਜੋ ਠੇਕਾ ਦਿੱਤਾ ਗਿਆ ਹੈ ਉਹ ਬੜਾ ਗਲਤ ਹੈ, ਕਿਉਂਕਿ ਇਹ ਠੇਕਾ 5-7 ਸਾਲ ਪਹਿਲਾਂ ਵੀ ਚੱਲਦਾ ਸੀ, ਇਹ ਬੰਦ ਕਰਾਇਆ ਗਿਆ ਸੀਗਾ ਉਸ ਦੇ ਬਿਹਾਵ 'ਤੇ। 7.5 ਸੌ ਰੁਪਏ ਮਹੀਨਾ ਮਾਰਕੀਟ ਕਮੇਟੀ ਕਲੈਕਟ ਕਰ ਰਹੀ ਸੀ, ਉਹਦੇ ਨਾਲ 15 ਲੱਖ ਰੁਪਏ ਨੇੜੇ ਤੇੜੇ ਫੰਡ ਜਾ ਰਿਹਾ ਸੀ ਇਹਨਾਂ ਨੂੰ, ਲੇਕਿਨ ਹੁਣ ਦੁਬਾਰਾ ਠੇਕਾ ਜਿਹੜਾ ਹੈ 7 ਜੁਲਾਈ ਨੂੰ ਦੁਬਾਰਾ ਟੈਂਡਰ ਹੋਏ ਨੇ, 12 ਨੂੰ ਇਹ ਠੇਕਾ ਦਿੱਤਾ ਗਿਆ। ਉਹ ਠੇਕੇ ਦੇ ਵਿੱਚ ਜਿਹੜੇ ਠੇਕੇਦਾਰ ਨੇ ਲਿਆ ਹੈ ਉਹ ਬੰਦੇ ਆ ਕੇ ਗਰੀਬ ਰੇਹੜੀ ਫੜੀ ਨਾਲ ਧੱਕਾ ਕਰਨਗੇ, ਆਪਣੀ ਮਰਜ਼ੀ ਨਾਲ ਪੈਸੇ ਲੈਣਗੇ, ਕਿਉਂਕਿ ਜਿੱਥੇ ਭਾਵੇਂ 50 ਰੁਪਏ ਰੇਟ ਨਿਰਧਾਰਿਤ ਕੀਤਾ ਪਤਾ ਲੱਗਿਆ ਹੈ, ਪਰ ਉਹ ਜਿਹੜਾ 50 ਰੁਪਏ ਨਾਲ ਨਹੀਂ ਗੁਜ਼ਾਰਾ ਕਰਨਾ ਉਹ ਧੱਕੇ ਨਾਲ 100 ਵੀ ਲੈ ਸਕਦੇ, 200 ਵੀ ਲੈ ਸਕਦੇ ਹੈ। ਇਹ ਠੇਕੇਦਾਰੀ ਸਿਸਟਮ ਬੰਦ ਹੋਣਾ ਚਾਹੀਦਾ ਹੈ। ਸਾਡੇ 38 ਸੈਸ਼ਨ ਤਰਫੋਂ ਫੜੀ ਵਾਲਿਆਂ ਨੂੰ ਫੁੱਲ ਸਪੋਰਟ ਕਰ ਰਹੇ ਹਾਂ, ਹੋਰ ਵੀ ਸਾਡੇ ਲੀਡਰ ਸਾਹਿਬਾਨ ਪਹੁੰਚੇ ਹਨ ਉਹ ਵੀ ਫੁੱਲ ਸਪੋਰਟ ਕਰ ਰਹੇ ਹਨ। ਅਸੀਂ ਇਹ ਠੇਕੇ ਜਦ ਤੱਕ ਕੈਂਸਲ ਜਾਂ ਇਹਦਾ ਕੋਈ ਸਲੂਸ਼ਨ ਨਹੀਂ ਨਿਕਲਦਾ ਉਦ ਤੱਕ ਅਸੀਂ ਸਬਜ਼ੀ ਮੰਡੀ ਵੀ ਆਪਦੇ ਯੂਨੀਅਨ ਦੀ ਤਰਫੋਂ ਕੱਲ੍ਹ ਦੀ ਤਾਂ ਬੰਦ ਕੀਤੀ ਹੈ, ਅਗਲਾ ਜੋ ਹੈ ਰਣਨੀਤੀ ਕੱਲ੍ਹ ਨੂੰ ਦੱਸੀ ਜਾਊਗੀ, ਔਰ ਅੱਜ ਕੰਪਲੀਟ ਸਿਰਫ ਬੰਦ ਹੈ ਸਬਜ਼ੀ ਮੰਡੀ, ਔਰ ਹੋ ਸਕਦਾ ਕਿ ਕੱਲ੍ਹ ਤੋਂ ਜਿਹੜੀਆਂ ਬਾਜ਼ਾਰਾਂ ਨੇ ਭਾਵੇਂ ਗੋਲਡਿੱਗੀ ਹੈ, ਭਾਵੇਂ ਪਰਸਰਾਮ ਨਗਰ ਹੈ, ਭਾਵੇਂ ਬੱਸ ਅੱਡਾ ਹੈ, ਭਾਵੇਂ ਰੇਲਵੇ ਫਾਟਕ ਹੈ, ਇਹਨਾਂ ਸਾਰਿਆਂ 'ਤੇ ਇਹ ਫੜੀ ਵਾਲੇ ਵੀਰ ਕਹਿੰਦੇ ਸੀ ਬੰਦ ਕਰਾਵਾਂਗੇ, ਔਰ ਹੋ ਸਕਦਾ ਕਿ ਪਰਸੋਂ ਤੋਂ ਸਬਜ਼ੀ ਸ਼ਹਿਰ ਦੇ ਵਿੱਚ 1 ਰੁਪਏ ਦੀ ਵੀ ਨਾ ਮਿਲ ਸਕੇ। ਅਤੇ ਅਸੀਂ ਆਪਣੀ ਸੈਲ ਦੀ ਤਰਫੋਂ ਇਹ ਜਿਹੜੇ ਫੜੀ ਵਾਲੇ ਔਰ ਆੜਤੀ ਵਾਲਿਆਂ ਨੇ ਜਿਹੜਾ ਠੇਕੇਦਾਰੀ ਸਿਸਟਮ ਦੇ ਖਿਲਾਫ ਵਿਰੋਧ ਦੇ ਤੌਰ 'ਤੇ ਬੰਦ ਕੀਤਾ, ਅਸੀਂ ਇਹਦਾ ਸਮਰਥਨ ਕਰਦੇ ਹਾਂ, ਔਰ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਇਹ ਮਜ਼ਦੂਰ ਜਿਹੜਾ ਸਮਾਜ ਹੈ ਇਹਨਾਂ ਲੋਕਾਂ ਨੇ ਸਰਕਾਰ ਬਣਾਈ ਹੈ, ਇਹਨਾਂ ਨੂੰ ਤੰਗ ਨਾ ਕੀਤਾ ਜਾਵੇ ਅਤੇ ਇਹਨਾਂ ਦੀ ਜੋ ਜਾਇਜ਼ ਮੰਗ ਹੈ, ਕਿਉਂਕਿ ਇਹਨਾਂ ਦੇ ਰੋਟੀ ਰੋਜ਼ੀ ਦਾ ਮਸਲਾ ਹੈ ਔਰ ਪਹਿਲਾਂ ਹੀ ਬਹੁਤ ਦੁਖੀ ਹੋਏ ਲੋਕ, ਇਹ ਇਸ ਨੂੰ ਅਸੀਂ ਸਹਾਰਾ ਦੇ ਕੇ ਇਹਨਾਂ ਨੂੰ ਬਲਕਿ ਤਗੜਾ ਕਰੀਏ, ਨਾ ਕਿ ਆਪਾਂ ਇਹਨਾਂ ਨੂੰ ਪਰੇਸ਼ਾਨ ਕਰੀਏ।